ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ ਅਸਲਾਮੁ ਅਲੈਕਮ ਨਾਜ਼ਰੀਨ ਪ੍ਰੋਗਰਾਮ ਹਰਿਆਲੀ ਦੇ ਨਾਲ ਡਾਕਟਰ ਮਹਿਮੂਦ ਕੁਰੈਸ਼ੀ ਤੁਹਾਡੀ ਖਿਦਮਤ ਚ ਹਾਜ਼ਰ ਹੈ ਨਾਜ਼ਰੀਨ ਅੱਜ ਅਸੀਂ ਲਾਈਵ ਸਟਾਕ ਫਾਰਮ ਰਖ ਕੁਲਾਮਾ ਇਹ ਅਸੀਂ ਡਿਸਟ੍ਰਿਕ ਬਖਰ ਦੇ ਵਿੱਚ ਅਸੀਂ ਆਏ ਆ ਤੇ ਜਿਵੇਂ ਤੁਸੀਂ ਜਾਣਦੇ ਹੋ ਕਿ ਪਾਕਿਸਤਾਨ ਚ ਬਹੁਤ ਸਾਰੀ ਕਿਸਮਾਂ ਦੀ ਭੇਡ ਬੱਕਰੀਆਂ ਪਾਈਆਂ ਜਾਂਦੀਆਂ ਨੇ ਇਹ ਜਿਹੜਾ ਤੁਸੀਂ ਦੇਖ ਰਹੇ ਹੋ ਇਹ ਥਲੀ ਨਸਲ ਦੇ ਜਾਨਵਰ ਨੇ ਇਹਨਾਂ ਦੇ ਬਾਰੇ ਅਸੀਂ ਅੱਜ ਗੱਲ ਕਰਾਂਗੇ ਕਿ ਇਹਨਾਂ ਦੀ ਪੇਡਾ ਜਿਹੜੀ ਹੈ ਇਹ ਸਾਲ 'ਚ ਕਿੰਨੇ ਬੱਚੇ ਦਿੰਦੀ ਹੈ ਇਹਨਾਂ ਨੂੰ ਕਿਹਾ ਅਸੀਂ ਆਪਣੇ ਸ਼ਹਿਰੀ ਇਲਾਕਿਆਂ 'ਚ ਦਿਹਾਤੀ ਇਲਾਕਿਆਂ 'ਚ ਦੂਸਰੇ ਇਲਾਕਿਆਂ 'ਚ ਪਾਲ ਸਕਨੇ ਆ ਇਹਨਾਂ ਦੇ ਪਾਲਣ ਦੇ ਅਸੂਲ ਕੀ ਹੋਣਗੇ ਕਿਉਂਕਿ ਗਵਰਨਮੈਂਟ ਜਿਹੜੀ ਹੈ ਬੜਾ ਫੈਸਿਲਿਟੇਟ ਕਰ ਰਹੀ ਹੈ ਕਿ ਫਾਰਮਿੰਗ ਨੂੰ ਬਹੁਤ ਜ਼ਿਆਦਾ ਇਹ ਦੇ ਰਹੀ ਹੈ ਤਰਜੀਹ ਤੇ ਤਰੱਕੀ ਤੇ ਕਿਹਾ ਇਹਦੀ ਫਾਰਮਿੰਗ ਵੀ ਹੋ ਸਕਦੀ ਹੈ ਇਹ ਸਾਰੀ ਗੱਲਾਂ ਜਾਣਨ ਵਾਸਤੇ ਅੱਜ ਅਸੀਂ ਇੱਥੇ ਆਏ ਆ ਤੇ ਆਓ ਵੇਖਨੇ ਨਾਜ਼ਰੀਨ ਡਾਕਟਰ ਬਖਸ਼ਿਸ਼ ਹੈਦਰ ਸਾਹਿਬ ਦੇ ਅਸੀਂ ਕੋਲ ਆਏ ਆ ਤੇ ਇਹਨਾਂ ਨੂੰ ਪੁੱਛਨੇ ਆ ਕਿ ਇਹ ਜਿਹੜੀ ਨਸਲ ਹੈ ਥਲੀ ਨਸਲ ਦੀ ਭੇਡਾਂ ਇਹਨਾਂ ਦੇ ਬਾਰੇ ਇਹਨਾਂ ਦੀ ਕੀ ਖਾਸ ਕੁਆਲਿਟੀਆਂ ਨੇ ਬismillah अर रहमान रहीम ਸਾਰੇ ਥਲੀ ਨਸਲ ਦੀ ਭੇਡ ਹੈ ਇਸ ਇਲਾਕੇ ਚ ਇਸ ਇਲਾਕੇ ਦੀ ਬਰੀਡ ਹੈ ਥਲਦੀ ਇਸ ਦੀ ਦੋ ਤਿੰਨ ਖੂਸੀਅਤ ਨੇ ਇੱਕ ਤੇ ਇਹ ਮੌਸਮ ਦੀ ਐਡਾਪਟੇਬਿਲਿਟੀ ਸੇ ਬਹੁਤ ਜ਼ਿਆਦਾ ਹੈ ਇੱਕ ਗਰਮੀ ਸਰਦੀ ਨੂੰ ਬਰਦਾਸ਼ਤ ਕਰਦੀ ਹੈ ਖੁਰਾਕ ਦੇ ਹਿਸਾਬ ਨਾਲ ਜਿਸ ਤਰ੍ਹਾਂ ਕਿ ਐਰਿਡ ਜ਼ੋਨ ਕਾਊਂਟ ਹੁੰਦਾ ਹੈ ਕਮ ਬਾਰਿਸ਼ ਹੁੰਦੀ ਹੈ ਕਮ ਇਥੇ ਚਾਰੇ ਹੁੰਦੇ ਨੇ ਇਹ ਜਿਹੜੀ ਬੂਟੀਆਂ ਵੀ ਖਾ ਕੇ ਆਪਣਾ ਗੁਜ਼ਾਰਾ ਕਰਦੀ ਹੈ ਦੂਸਰਾ ਇਸ ਨੂੰ ਕਿਸੇ ਦੌਰ ਦੇ ਵਿੱਚ ਉਹ ਗਰੀਬ ਦਾ ਬੈਂਕ ਵੀ ਕਿਹਾ ਜਾਂਦਾ ਸੀ ਥਲ ਦੇ ਵਿੱਚ ਉਹ 메ਜਰ ਕਾਰੋਬਾਰ ਥੱਲੀ ਸ਼ੀਪ ਤਸੀ ਬਜਾਏ ਕਿ ਦੂਸਰੇ ਜਾਨਵਰਾਂ ਦੇ ਇਹ ਸਾਡੇ ਕੋਲ ਜਿਹੜੀ ਇਹ ਬੇੜ ਹੈ ਨਾ ਤੇ तकरीबन 33% ਟਵਿਨਿੰਗ ਪਰਸੈਂਟੇਜ ਹੈ ਸਾਲ ਜੀ ਦੋ ਦੋ ਬੱਚੇ ਦੇਣ ਦੀ ਸਲਾਇਤ ਦੋ ਦੋ ਬੱਚੇ ਦੇਣ ਦੀ ਸਲਾਇਤ ਹੈ ਔਰ ਉਸ ਤੋਂ ਇਲਾਵਾ ਇਹਨਾਂ ਦਾ ਜਿਹੜਾ ਐਵਰੇਜ weight ਇਸ ਟਾਈਮ ਤੇ ਹੈ ਉਹ तकरीबन 56 kg ਹੈ 56 kg ਦੀ ਇੱਕ ਬੇੜ ਹੈ ਇਹਨਾਂ ਜਿਹੜੇ ਮੇਲ ਸਾਡੇ ਕੋਲ ਨੇ ਉਹ ਵੀ ਜਨਾਬ ਨੂੰ ਦਿਖਾਵਾਂਗੇ ਉਹ 110-110 kg ਦੀ ਮੇਲ ਨੇ ਕੁਰਬਾਨੀ ਤੇ ਲੋਕ ਬੜੇ ਸ਼ੌਕ ਨਾਲ ਇਹਨਾਂ ਦੇ ਜਾਨਵਰ ਖਰੀਦ ਕਰਦੇ ਨੇ ਦੂਸਰਾ ਇਸ ਦੀ ਜਿਹੜੀ ਮੀਟ ਕੁਆਲਿਟੀ ਹੈ ਸਿਰਫ ਥਲ ਦੀ وجہ ਤੇ ਔਰ ਦੀ ਨੇਚਰਲ ਗ੍ਰੇਜ਼ਿੰਗ ਦੀ وجہ ਤੇ ਮੀਟ ਕੁਆਲਿਟੀ ਵੀ ਦੂਸਰੇ ਜਾਨਵਰਾਂ ਨਾਲ ਬਹੁਤ ਬਿਹਤਰ ਹੈ ਦੂਸਰਾ ਜਿਸ ਤਰ੍ਹਾਂ ਕਜਲੀ ਹੈ ਨਾ ਉਹ ਨਫੀਸ ਐਨੀਮਲਸ ਹੈ ਨਫੀਸ ਹੈ ਉਹ ਬਿਮਾਰ ਜਲਦੀ ਹੋ ਜਾਂਦਾ ਹੈ ਉਹਨੂੰ ਖੁਰਾਕ ਦੀ ਜ਼ਿਆਦਾ ਜ਼ਰੂਰਤ ਹੈ ਇਹ ਰਫ ਔਰ ਟਫ ਐਨੀਮਲ ਹੈ ਇਸ ਦੀ ਬਿਮਾਰੀਆਂ ਦਾ ਅਟੈਕ ਘਟ ਹੈ ਇਸ ਦੀ ਗਰੋਥ ਰੇਟ ਉਹ ਦੂਸਰੇ ਜਾਨਵਰਾਂ ਨਾਲ ਇਸ ਇਲਾਕੇ ਜ਼ਿਆਦਾ ਹੈ ਇਹ ਦੀ ਖਾਸੀਅਤ ਨੇ ਡਾਕਟਰ ਬਖਸ਼ੀਸ਼ ਸਾਹਿਬ ਇਹ ਫਰਮਾਓ ਕਿ ਇਹ ਜਿਹੜੀ ਪੇਡਾ ਨੇ ਇਹ ਸਾਲ ਕਿੰਨੇ ਬੱਚੇ ਦਿੰਦੀ ਹੈ ਇਸ ਸਾਲ ਚੋ ਕੰਟਰੋਲ ਬਰੀਡਿੰਗ ਅਸੀਂ ਕਰਾਣੇ ਆ ਦੋ ਦਫਾ ਇਸੇ ਚ ਅਸੀਂ ਛਤਰਾ ਛੱਡਦੇ ਆ ਉਹਦੇ ਨਾਲ ਇਹਦਾ ਜਿਹੜਾ ਲੈਮਿੰਗ ਸੀਜ਼ਨ ਹੈ ਜਾਂ ਬੱਚਾ ਦੇਣ ਦਾ ਸੀਜ਼ਨ ਹੈ ਨਾ ਸਰ ਉਹ ਇੱਕ ਜਿਹੜਾ ਐਕਸਟ੍ਰੀਮ ਵੈਦਰ ਤੋਂ ਇਹਦਾ ਬੱਚਾ ਬਚ ਜਾਂਦਾ ਹੈ ਬਿਮਾਰੀਆਂ ਤੋਂ ਬਚ ਜਾਂਦਾ ਹੈ ਬਹੁਤ ਗਰਮੀ ਤੋਂ ਬਹੁਤ ਸਰਦੀ ਤੋਂ ਬਚ ਜਾਂਦਾ ਹੈ ਇੱਕ ਦਫਾ ਭੇਡ ਬੱਚਾ ਦੇਂਦੀ ਹੈ ਸਾਡੇ ਕੋਲ ਹੁਣ ਮਾਰਚ 15 ਫਰਵਰੀ ਤੋਂ ਲੈ ਕੇ ਤੇ ਇਹਨੇ ਦੇਣੇ 30 ਅਪ੍ਰੈਲ ਤੱਕ ਇਹ ਡੇਢ ਮਹੀਨਾ ਇਹਦਾ ਲੈਮਿੰਗ ਸੀਜ਼ਨ ਹੈ ਦੂਸਰਾ ਸੀਜ਼ਨ ਸਾਡੇ ਕੋਲ ਸ਼ੁਰੂ ਹੋਏਗਾ ਤਕਰੀਬ 15 ਸੈਪਟੈਂਬਰ ਤੋਂ ਲੈ ਕੇ 30 ਅਕਤੂਬਰ ਤੱਕ ਇਹ ਦੋ ਦਫਾ ਇਹਨਾਂ ਦੀ ਬਰੀਡਿੰ डेंटिक परसेंटेज ਦੀ ਸਾਡੇ ਕੋਲ ਹੈ 20% ਹੈ ਤੇ ਬਾਕੀ ਸਿੰਗਲ ਉਹ ਵੈਸੇ ਪਿਛਲੇ ਸਾਲ ਸਾਡੇ ਕੋਲ ਇਹਦਾ ਟੈਟਰਾ ਬਰਥ ਵੀ ਆਇਆ ਚਾਰ ਬੱਚੇ ਵੀ ਵੇੜਨੇ ਦਿੱਤੇ ਨੇ ਉਹ ਅਲਹਮਦੁਲਿਲਾ ਉਹ ਸਾਰੇ ਲਾਈਵ ਨੇ اچھا ਇਹ ਵੀ ਦੱਸੋ ਕਿ ਗ੍ਰੀਨ ਚਾਰਾ ਤੇ ਇਹ ਖਾ ਰਹੇ ਨੇ ਗਰੇਜ਼ਿੰਗ ਵੀ ਕਰਾਉਂਦੇ ਹੋਗੇ ਇਸ ਤੋਂ ਇਲਾਵਾ ਵੀ ਇਹਨਾਂ ਨੂੰ ਕੋਈ ਤੁਸੀਂ ਚਾਰਾ ਦਿੰਦੇ ਹੋ ਜਿਹਦੇ ਨਾਲ ਇਹਨਾਂ ਦੀ ਬੜੌਤਰੀ ਦੇ ਵਿੱਚ ਇਜ਼ਾਫਾ ਹੋਵੇ ਚਰਾਈ ਤੋਂ ਇਲਾਵਾ ਸਾਡੇ ਕੋਲ ਇੱਕ ਸਾਡਾ ਬਾਦਰਨਗਰ ਫਾਰਮ ਹੋ ਬੇਡਾਂ ਦਾ ਰਾਸ਼ਨ ਬਣਾਉਂਦਾ ਜਿਸ ਨੂੰ ਸਮਾਲ ਰੂਮਨੈਂਟ ਰਾਸ਼ਨ ਕਹਿੰਦੇ ਆ ਉਹ ਰਾਸ਼ਨ ਵੀ ਆਂਦਾ ਹੈ ਉਹ ਵੀ ਅਸੀਂ ਪਾਉਂਦੇ ਆ ਇਸ ਤੋਂ ਇਲਾਵਾ ਸਰਦੀਆਂ 'ਚ ਅਸੀਂ ਜਿਹੜਾ ਨਾ ਗੁਆਰੇ ਦਾ ਤੇ ਚਨੇ ਦਾ ਮਿਸਾ ਜਿਹਨੂੰ ਸਟਰਾ ਕਹਿੰਦੇ ਜਾਂ ਬਾਈ-ਪ੍ਰੋਡਕਟ ਕਹਿੰਦੇ ਉਹ ਅਸੀਂ ਸਟੋਰ ਕਰਕੇ ਰੱਖਿਆ ਹੁੰਦਾ ਹੈ ਉਹ ਵੀ ਇਸਤੇਮਾਲ ਕਰਦੇ ਆ ਨਾਲ ਮੋਲੇਸਿਸ ਸ਼ੀਰਾ ਵੀ ਸਮੰਗਾਇਆ ਉਹ ਵੀ ਗਰਮੀਆਂ ਜਿਸ ਟਾਈਮ ਸਰਦੀਆਂ ਸ਼ਦੀਦ ਝੜੀਆਂ ਹੁੰਦੀਆਂ ਨੇ ਇਹਨਾਂ ਨੂੰ ਗਰਮ ਰੱਖਣ ਵਾਸਤੇ ਇਹਨਾਂ ਦੇ ਟੈਂਪਰੇਚਰ ਕੰਟਰੋਲ ਕਰਨ ਵਾਸਤੇ ਇਹਨਾਂ ਨੂੰ એનર્ਜੀ ਪ੍ਰੋਵਾਈਡ ਕਰਨ ਵਾਸਤੇ ਅਸੀਂ ਉਹ ਸ਼ੀਰਾ ਤੇ ਮਿਸਾ ਵੀ ਦਿੰਦੇ ਆ ਆਮ ਤੌਰ ਤੇ ਸਾਡੇ ਜਿਹੜੇ ਕਿਸਾਨ ਭਰਾ ਨੇ ਉਹਨਾਂ ਦੇ ਦਿਮਾਗ 'ਚ ਇੱਕ ਬੜੀ ਜ਼ਰੂਰੀ ਗੱਲ ਆਂਦੀ ਏ ਉਹ ਇਹ ਵੇਖ ਕੇ ਇਹ ਜਿਹੜੇ ਜਾਨਵਰ ਨੇ ਇਹ ਇਹਨਾਂ ਦੀ ਕਿਹਾ ਉਨਵੀ ਕਮ ਆ ਸਕਦੀ ਜੀ ਸਰ ਇਹਨਾਂ ਦੀ ਉਹਨ ਪਾਕਿਸਤਾਨੀ ਨੂੰ ਪਤਾ ਹੈ ਕਿ ਦੋ ਤਿੰਨ ਫੈਕਟਰੀਆਂ ਮਲਤਾਨ ਹੈ ਝੰਗ ਹੈ ਜਿੱਥੇ ਇਹਨਾਂ ਦੀ ਉਹਨ ਦੇ ਮختلف ਬਲੈਂਕਟਸ ਵਗੈਰਾ ਜਾਂ ਚਾਦਰਾਂ ਇਗੀਆਂ ਚੀਜ਼ਾਂ ਬਣਦੀਆਂ ਨੇ ਹੁਣ ਤੇ ਜ਼ਰਾ ਇਹ ਆਰਟੀਫੀਸ਼ਲ ਵੂਲ ਆਣ ਦੀ وجہ ਤੋਂ ਇਸ ਦੀ ਵੈਲਿਊ ਘਟ ਗਈ ਲੇਕਿਨ ਸਟਿਲ ਬਕਾਇਦਾ ਇੱਥੇ ਸਾਡੇ ਕੋਲ ਬੰਦੇ ਆਂਦੇ ਨੇ ਹੁਣ ਮਾਰਚ ਚ ਅਸੀਂ ਦੀ 15 مارچ ਤੋਂ پہلے پہلے ਦੀ ਸ਼ੀਰਿੰਗ ਬਹੁਤ ਜ਼ਰੂਰੀ ਹੁੰਦੀ ਹੈ ਇਹ ਦੋ 15 ਸੈਪਟੈਂਬਰ ਤੋਂ ਪਹਿਲੇ ਸਾਲ ਹੀ ਦੋ ਦਫਾ ਸੇ ਸ਼ੀਰਿੰਗ ਕਰਦੇ ਆ ਇੱਕ ਜਨਵਰੀ ਤਕਰੀਬਨ 0.5 ਕਿਲੋ 1.5 ਕਿਲੋ ਦੇ ਕਰੀਬ ਉਹਨ ਉਤਰਦੀ ਹੈ ਉਹ ਉਹਨ ਸਾਡੇ ਕੋਲ ਲੈ ਜਾਂਦੇ ਨੇ ਬਕਾਇਦਾ ਉਹਦਾ ਰੇਟ ਇੱਕ ਫਿਕਸ ਹੁੰਦਾ ਹੈ ਉਹ ਫਿਰ ਸੇਲ ਕਰ ਦਿੰਦੇ ਨੇਗਾ ਉਹਨੂੰ ਫੈਕਟਰੀਆਂ ਨੂੰ ਡਾਕਟਰ ਸਾਹਿਬ ਇਹ ਵੀ ਫਰਮਾਓ ਕਿ ਅਗਰ ਅਸੀਂ ਇਹਨਾਂ ਨੂੰ ਆਪਣੇ ਸ਼ਹਿਰੀ ਇਲਾਕਿਆਂ ਦੇ ਵਿੱਚ ਪਾਲਣਾ ਚਾਹੀਏ ਤੇ ਕਿਹਾ ਉਥੇ ਇਹ ਪਾਲ ਸਕਣਗੇ ਪਾਲੀ ਜਾ ਸਕਦੀ ਹੈ اگر اس اتھے ਸਾਡੇ ਕੋਲ وسائل ਹੋवन ਦੀ ਫੀਡਿੰਗ ਦੀ ਸਾਡੇ ਕੋਲ रिसोर्सेज ਹੋਵਨ ਤੇ ਤੁਸੀਂ ਪਾਲ ਸਕਦੇ ਹੋ ਲੋਕ ਇਹ ਸਾਡੇ ਕੋਲ ਹੁਣ ਜਿਹੜੇ ਮੇਲ ਲੈ ਕੇ ਜਾਂਦੇ ਨੇ ਨਾ ਅਸੀਂ ਛੋਟੇ ਬੱਚੇ ਨਾਲ سیل ਕਰਦੇ ਆ ਲੋਕ ਸ਼ਹਿਰਾਂ ਜੀ ਮੋਸਟਲੀ ਇਹ ਦਿਹਾਤਾਂ ਦੇ ਵੀ ਲੋਕ ਲੈਂਦੇ ਨੇ ਤੇ ਸ਼ਹਿਰਾਂ ਦੇ ਵੀ ਮੋਸਟਲੀ ਲੈ ਕੇ ਜਾਂਦੇ ਨੇ لاہور ਦੇ ਗੁਜਰਾں والے ਦੇ ਕਈ ਲੋਕ ਸਾਡੇ ਕੋਲ ਡਿਮਾਂਡ ਕਰਦੇ ਸਾਨੂੰ ਚਾਰ ਬੱਚੇ ਦੇ ਦਿਓ ਪੰਜ ਦੇ ਦਿਓ ਛੇ ਦੇ ਦਿਓ ਲੈ ਕੇ ਜਾਂਦੇ ਨੇ ਪਾਲਦੇ ਨੇ ਕੁਰਬਾਨੀ ਤੇ اچھا ਖਾਸੇ ਇਨਕਮ ਉਹ ਦਿੰਦੇ ਨੇ ਜਿਹੜਾ ਕਿ ਕੁਰਬਾਨੀ ਦੇ ਟਾਈਮ ਤੇ 40000 50000 ਦਾ ਮਿਲਣਾ ਹੈ ਉਹਨਾਂ ਨੇ ਹੁਣ 12 13000 ਦਾ ਲਿਆ ਕੇ ਤੇ ਪਾਲ ਦੇਣਾ ਹੈ ਅੱਛਾ ਐਸ ਵੇਲੇ ਨਾ ਡਾਕਟਰ ਸਾਹਿਬ ਕੁਝ ਸਾਡੇ ਨਾਜ਼ਰੀਨ ਐਸੇ ਵੀ ਨੇ ਜਿਨ੍ਹਾਂ ਕੋਲ ਜ਼ਮੀਨ ਹੈ ਕਾਸ਼ਕਾਰ ਨੇ ਜ਼ਿਮੀਦਾਰ ਨੇ ਤੇ ਉਹ ਇਹਦੀ ਬਕਾਇਦਾ ਫਾਰਮਿੰਗ ਕਰਨੀ ਚਾਹ ਰਹੇ ਨੇ ਤੇ ਕੀ ਇਹਦੀ ਫਾਰਮਿੰਗ ਜਿਹੜੀ ਉਹ ਮਮਕਨ ਹੈ ਤੇ ਜੇ ਮਮਕਨ ਹੈ ਤੇ ਕਿਸ ਤਰ੍ਹਾਂ ਸ਼ੁਰੂ ਕੀਤੀ ਜਾਵੇ ਮੈਂ ਜ਼ਮੀਦਾਰਾਂ ਨੂੰ ਇਸ ਬਾਰੇ ਮਸ਼ਵਰਾ ਦੇਵਾਂਗਾ ਕਿ ਥਲੀ ਨੂੰ ਡਿਵੈਲਪ ਕਰਨ ਵਾਸਤੇ ਇਸ ਇਲਾਕੇ ਦੀ ਡਿਵੈਲਪਮੈਂਟ ਵਾਸਤੇ ਆਪਣੀ ਇਨਕਮ ਵਧਾਣ ਵਾਸਤੇ ਥਲੀ ਦੀ ਫਾਰਮਿੰਗ ਜ਼ਰੂਰ ਕਰਨ ਇਹ ਫਾਰਮਿੰਗ ਦੁਨੀਆਂ ਦੇ ਜਾਨਵਰਾਂ ਦੀ ਨਿسبة ਆਸਾਨ ਹੈ ਇਹ ਕਿਸ ਤਰ੍ਹਾਂ ਆਸਾਨ ਹੈ ਹਿੱਕ ਤੇ ਇਸ ਤੇ ਇਨਵੈਸਟਮੈਂਟ ਬਹੁਤ ਕਮ ਹੈ ਦੇਖੋ ਤੁਸੀਂ 4 ਲੱਖ 5 ਲੱਖ ਦੀ ਗਾਇ ਲੈ ਲੈਂਦੇ ਹੋ ਉਸ ਵਿੱਚ ਬਹੁਤ ਵੱਡਾ ਰਿਸਕ ਹੈ ਉਸੇ ਰਿਸਕ ਵੀ ਹੈ ਉਹਦੇ ਟੈਕਸ ਪ੍ਰੋਬਲਮਸ ਨੇ ਡਿਜ਼ੀਜ਼ਸ ਪ੍ਰੋਬਲਮ ਨੇ ਉਹਦੀ ਫੀਡਿੰਗ ਹੈ ਉਹਦੇ ਲੇਬਰ ਦੇ ਬੜੇ ਪ੍ਰੋਬਲਮਸ ਹੈ ਅਗਰ ਤੁਸੀਂ ਉਹ 3-4 ਲੱਖ ਰੁਪਏ ਇਹਨਾਂ ਤੇ ਇਨਵੈਸਟ ਕਰੋਗੇ ਤਾਂ 3-4 ਲੱਖে ਆਲਮੋਸਟ ਤੁਸੀਂ 15 ਤੋਂ 20 ਜਨਵਰੀ ਪਰਚੇਸ ਕਰੋਗੇ 15 ਤੋਂ 20 ਜਨਵਰੀ ਪਰਚੇਸ ਕਰਨ ਦਾ ਮਕਸਦ ਹੈ ਕਿ ਤੁਸੀਂ ਸਾਲ ਤੋਂ ਬਾਅਦ ਤੁਸੀਂ 23 ਤੋਂ 40 ਜਨਵਰੀਾਂ ਤੱਕ ਚਲੇ ਜਾਣਾ ਹੈ ਸਵਾਰੀ ਫਾਰਮਿੰਗ ਉੱਥੇ ਚਲੀ ਜਾਣੀ ਹੈ ਸਾਨੂੰ ਉਹ ਲੇਬਰ ਜਾਂ ਉਹ ਲੇਬਰੀਅਸ ਕੰਮ ਨਹੀਂ ਕਰਨਾ ਪੈਗਾ ਜਿਹੜਾ ਕਿ ਤੁਸੀਂ ਵੱਡਿਆਂ ਜਾਨਵਰਾਂ ਤੇ ਜਾਂ ਦੂਸਰੇ ਤੇ ਜ਼ਿਆਦਾ ਖਰਚ ਕਰਦੇ ਹੋ ਉਸ ਵੜੇ ਕਮ ਖਰਚੇ ਚ ਤੁਸੀਂ ਇਹਨੂੰ ਇਨਾਂਸ ਕਰ ਲੈਣਾ ਆਪਣੇ ਬਿਜ਼ਨਸ ਨੂੰ ਔਰ ਭੇਡ ਬੱਕਰੀ ਤੁਹਾਨੂੰ ਪਤਾ ਹੈ ਪਾਲਣਾ ਵੈਸੇ ਵੀ ਸੁਨਨਤ ਤੇ ਨਬੀ ਹੈ ਸਾੜੇ 6 ਵੇ ਨਾਜ਼ਰিন ਤੁਸੀਂ ਦੇਖ ਰਹੇ ਹੋ ਬੜਾ ਖੂਬਸੂਰਤ ਮੰਜ਼ਰ ਹੈ ਇਹ ਰਖ ਗੁਲਾਮਾ ਜਿਹੜਾ ਲਾਈਫਸਟਾਕ ਫਾਰਮ ਹੈ ਇਹ 10000 ਏਕੜ ਤੇ ਮੁਸਤਮਿਲ ਹੈ ਤੇ ਗਰੀਦਰੀ ਵੀ ਤੁਸੀਂ ਦੇਖ ਰਹੇ ਹੋ ਮੇਰਾ ਕੈਮਰਾ ਦਿਖਾ ਰਿਹਾ ਹੈ اور ਖੂਬਸੂਰਤ ਜਾਨਵਰ ਇੱਥੇ ਮੌਜੂਦ ਨੇ ਤੇ ਹੁਣ ਅਸੀਂ ਜਿਹੜੇ ਇੱਥੋਂ ਦੇ ਇੰਚਾਰਜ ਨੇ ਡਾਕਟਰ ਸਾਹਿਬ ਉਹਨਾਂ ਨਾਲ ਅੱਥੀ ਗੱਲ ਕਰ ਰਹੇ ਆ ਜੀ ਸਲਾਮ ਵਾਲੇਕਮ ਜੀ ਵਾਲੇਕਮ ਸਲਾਮ ਸਰ ਡਾਕਟਰ ਸਾਹਿਬ ਕੀ ਨਾਮ ਤੁਹਾਡਾ ਮੇਰਾ ਨਾਮ ਡਾਕਟਰ ਅਬਰਾਰ ਹੈ ਜੀ ਅੱਛਾ ਇਬਰਾਰ ਸਾਹਿਬ ਇਹ ਦੱਸੋ ਕਿ ਇਹਦੀ ਅਸੀਂ ਜਿਸ ਲਈ ਗੱਲ ਕਰਦੇ ਆ ਥੱਲੀ ਨਸਲ ਜੀ ਜੀ ਤੇ ਐਸਲ ਜਿਹੜੇ ਨਾਜ਼ਰੀ ਸਾਡਾ ਪ੍ਰੋਗਰਾਮ ਵੇਖਦੇ ਪਏ ਨੇ ਤੇ ਉਹ ਕਿਸ ਤਰ੍ਹਾਂ ਉਹਨਾਂ ਦੀ ਨਿਸ਼ਾਨੀ ਇਹਨਾਂ ਦੀ ਕੀ ਹੈ ਸਰ ਜਿਸ ਤਰ੍ਹਾਂ ਕਿ ਜਾਨਵਰ ਤੁਹਾਡੇ ਸਾਹਮਣੇ ਥੱਲੀ ਦਾ ਜਾਨਵਰ ਮੌਜੂਦ ਹੈ ਤੇ ਇਹਦੀ ਨਿਸ਼ਾਨੀ ਸਰ ਇਹ ਹੈ ਕਿ ਇਹਦਾ ਜਿਹੜਾ ਚਿਹਰਾ ਹੈ ਉਹ ਦੋਨੋਂ ਸਾਈਡਾਂ ਤੋਂ ਜਿਹੜਾ ਵੇ ਬਲੈਕ ਹੈ ਤੇ ਇਹਦਾ ਜਿਹੜਾ ਨੱਕ ਦੀ ਸੈਂਟਰ ਹੈ ਉਹ ਵਾਈਟ ਹੈ ਔਰ ਜਿਹੜਾ ਇਹਦਾ ਕੰਨਾਂ ਦੀ ਜਿਹੜੀ ਟਿਪ ਹੈ ਨਾ ਜਿੱਥੋਂ ਕੰਨ ਸ਼ੁਰੂ ਹੋ ਰਹੇ ਨੇ ਉਹ ਦੋਨੋਂ ਕੰਨ ਜਿਹੜੇ ਇਹਦੇ ਹੈ ਨੇ ਉਹ ਵਾਈਟ ਨੇ ਬੇਸ ਤੋਂ ਤੇ ਟਿਪ ਜਿਹੜੀ ਸਾਰੀ ਇਹਦੀ ਜਿਹੜੀ ਆ ਬਲੈਕ ਹੈ ਇਸ ਤੋਂ ਇਲਾਵਾ ਸਰ ਥੱਲੀ ਦੀ ਇੱਕ ਨਿਸ਼ਾਨੀ ਇਹ ਹੈ ਕਿ ਇਸ ਤੋਂ ਇਲਾਵਾ ਕੋਈ ਵੀ ਕਾਲਾ ਦੱਬਾ ਇਹਦੀ ਬੋਡੀ ਤੇ ਸਾਨੂੰ ਨਜ਼ਰ ਨਹੀਂ ਆਏਗਾ ਅਗਰ ਇੱਕ ਕਰੈਕਟਰ ਸਾਨੂੰ ਕਿਤੇ ਮਿਲਦਾ ਇਹ ਤੇ ਇਹਦਾ ਮਤਲਬ ਹੈ ਕਿ ਇਹ ਇੱਕ ਮਾਡਲ ਐਨੀਮਲ ਹੈ ਥੱਲੀ ਦਾ ਜਿੰਨੂੰ ਕਿ ਅਸੀਂ ਕਿਸੇ ਵੀ ਜਗ੍ਹਾ ਤੇ ਪ੍ਰੈਜ਼ੈਂਟ ਕਰ ਸਕਦੇ ਹਾਂ ਕਿ ਇਹ ਥੱਲੀ ਦਾ ਇੱਕ ਮਾਡਲ ਐਨੀਮਲ ਹੈ ਜਿਹੜਾ ਕਿ ਮੁਕੰਮਲ ਆਪਣੇ ਕਰੈਕਟਰਜ਼ ਦੇ ਨਾਲ ਮੌਜੂਦ ਹੈ ਸਰ ਅੱਛਾ ਡਾਕਟਰ ਸਾਹਿਬ ਇਹ ਨਿਸ਼ਾਨੀਆਂ ਤੇ ਤੁਸੀਂ ਦੱਸ ਦਿੱਤੀਆਂ ਤੇ ਜਿਹੜੇ ਆਮ ਅਤੇ ਖਾਸ ਤੁਹਾਡੇ ਜਾਨਵਰ ਤੁਸੀਂ ਪਾਲੇ ਨੇ ਤੇ ਜਿਹੜੇ ਆਮ ਪਾਕਿਸਤਾਨ ਦੇ ਵਿੱਚ ਇਹ ਲੋਕ ਪਾਲ ਰਹੇ ਨੇ ਉਹਨਾਂ ਚ ਵੀ ਇਹ ਸਾਰੀ ਨਿਸ਼ਾਨੀ ਹੁੰਦੀ ਹੈ ਜਾਂ ਕੋਈ ਕੋਈ ਫਰਕ ਹੁੰਦਾ ਹੈ ਸਾਰੇ ਫਰਕ ਇਸ ਤਰ੍ਹਾਂ ਹੈ ਕਿ ਇਹ ਜਿਹੜਾ ਫਾਰਮ ਹੈ ਇੱਥੇ ਸਾਡਾ ਮੇਨ ਜਿਹੜਾ ਆਬਜੈਕਟਿਵ ਹੈ ਮੇਨ ਮਕਸਦ ਇਹ ਕਿ ਅਸੀਂ ਉਹ ਬਰੀਡ ਬਣਾਨੀ ਹੈ ਜਿਹੜੀ ਕਿ ਇੱਕ ਮਾਡਲ ਬਰੀਡ ਹੋਵੇ ਲੇਕਿਨ ਜਿਸ ਵੇਲੇ ਅਸੀਂ ਫੀਲਡ ਵਿੱਚ ਨਿਕਲਦੇ ਹਾਂ ਤਾਂ ਉਸ ਵੇਲੇ ਸਾਨੂੰ ਕੁਝ ਕਰਾਸ ਬਰੀਡਿੰਗ ਦੇ ਵਜ੍ਹਾ ਤੋਂ ਜਾਨਵਰ ਦੇ ਜਿਸਮ ਤੇ ਕੋਈ ਬਲੈਕ ਦब्बे ਨਜ਼ਰ ਆਉਂਦੇ ਨੇ ਜਿਸ ਵਜ੍ਹਾ ਤੋਂ ਹੁੰਦਾ ਕਿ ਬਰੀਡ ਦੇ ਵਿੱਚ ਥੋੜਾ ਸਿਆ ਨਾ ਆਫ ਟਾਈਪ ਕੈਰੈਕਟਰ ਆ ਜਾਂਦਾ ਹੈ ਲੇਕਿਨ ਓਵਰ ਆਲ ਜੇਕਰ ਦੇਖਿਆ ਜਾਵੇ ਤੇ ਪੂਰੇ ਪੰਜਾਬ ਦੇ ਵਿੱਚ ਖਾਸ ਤੌਰ ਤੇ ਥਲ ਦੇ ਵਿੱਚ ਹੁੰਦਾ ਹੈ ਕਿ ਇਸ ਬਰੀਡ ਦੇ ਇਹੀ ਮੇਨ ਕੈਰੈਕਟਰ ਨੇ ਔਰ ਇਸੇ ਬੇਸ ਤੇ ਹੀ ਸਾਰਸੀ ਇਹਨੂੰ ਜਿਹੜੀ ਇਹਦੀ ਪਛਾਣ ਕਰਦੇ ਆ ਸਰ ਅੱਛਾ ਇਹ ਤੇ ਤੁਸੀਂ ਖਾਸ ਜਾਨਵਰ ਪਾਲ ਲਏ ਤੇ ਇਹ ਤੁਸੀਂ ਪਾਲ ਕੇ ਤੇ ਫਿਰ ਸੇਲ ਕਰ ਦਿੰਦੇ ਹੋ ਸਰ ਇਹਦਾ ਇੱਕ ਕ੍ਰਾਈਟੇਰੀਆ ਹੈ ਵੇ ਸਰ ਕਿ ਜਿਹੜੇ ਸਾਡੇ ਨਰ ਹੁੰਦੇ ਨੇ ਸਰ ਉਹ ਅਸੀਂ ਸੇਲ ਕਰ ਦਿੰਨੇ ਆ ਗਵਰਨਮੈਂਟ ਦੇ ਫਿਕਸ ਰੇਟ ਨੇ ਜਿਹੜਾ ਸਾਡੀ ਫੀਮੇਲ ਪੈਦਾ ਹੁੰਦੀ ਏ ਜਿਹੜੀ ਸਰ ਫੀਮੇਲ ਪੈਦਾ ਹੁੰਦੀ ਓ ਸਾਡਾ ਰਿਪਲੇਸਮੈਂਟ ਫਲੌਕ ਏ ਕਿ ਜਿਹੜੇ ਬੁੱਢੇ ਜਾਨਵਰ ਨੇ ਅਸੀਂ ਉਹਨਾਂ ਨੂੰ ਆਕਸ਼ਨ ਕਰਕੇ ਕੱਲੀਂ ਕਰਕੇ ਉਹਨਾਂ ਨੂੰ ਡਿਕਲੇਅਰ ਕਰਵਾ ਕੇ ਕਿ ਕੰਡਮ ਐਨੀਮਲਸ ਨੇ ਉਹਨਾਂ ਨੂੰ ਅਸੀਂ ਸੇਲ ਕਰ ਦਿੰਨੇ ਆ ਆਕਸ਼ਨ ਦੇ ਥਰੂ ਤੇ ਜਿਹੜਾ ਸਾਡੇ ਨਵੇਂ ਫੀਮੇਲ ਪੈਦਾ ਹੋ ਰਹੀਆਂ ਹੁੰਦੀਆਂ ਸਰ ਸਾਡਾ ਉਹ ਰਿਪਲੇਸਮੈਂਟ ਫਲੌਕ ਬਣ ਜਾਂਦਾ ਏ ਕਿਉਂ ਜਿਹੜੇ ਜਿਹੜਾ ਫਲੌਕ ਕੱਢਿਆ ਹੁੰਦਾ ਉਹਨੂੰ ਰਿਪਲੇਸ ਕਰਕੇ ਨਵੇਂ ਫੀਮੇਲ ਜਿਹੜੀ ਸਾਡੀ ਜਿੰਨੇ ਸਾਨੂੰ ਅੱਗੇ ਪ੍ਰੋਜਨੀਆਂ ਦੇਣੀ ਆ ਬੱਚੇ ਦੇ ਨੇ ਉਹ ਸਾਡੀ ਅੱਗੇ ਰਿਪਲੇਸਮ ਆਮ ਤੌਰ ਤੇ ਅਸੀਂ ਸੁਣਨੇ ਆ ਕਿ ਜਾਨਵਰ ਨੂੰ ਵਾਹ ਲੱਗ ਜਾਂਦੀ ਹੈ ਜੀ ਸਰ ਤੇ ਜੇ ਵਾਹ ਲੱਗ ਜਾਏ ਤੇ ਉਹਦਾ ਇਲਾਜ ਕਿਸ ਤਰ੍ਹਾਂ ਆਸਾਨ ਜੀ ਸਰ ਇੱਕ ਤੇ ਇਹ ਹੈ ਕਿ ਵਾਹ ਲਗਨ ਦਾ ਪਹਿਲੀ ਤੇ ਗੱਲ ਇਹ ਕਿ ਸਾਨੂੰ ਜਿਹੜੀ ਐਨੀਮਲ ਦੀ ਜਾਨਵਰ ਦੀ ਖੁਰਾਕ ਆ ਉਹਨੂੰ ਅਸੀਂ ਜਿਹੜਾ ਪ੍ਰੋਪਰ ਉਹਨੂੰ ਮੇਨਟੇਨ ਕਰਨਾ ਹੈ ਉਹਨੂੰ ਅਸੀਂ ਅਚਾਨਕ ਚੇਂਜ ਨਹੀਂ ਕਰਨਾ ਜਿਸ ਲਈ ਅਚਾਨਕ ਚੇਂਜ ਕਰਾਂਗੇ ਤੇ ਜਾਨਵਰ ਦਾ ਜਿਹੜਾ ਮੇਦਾ ਵਾ ਉਹ ਡਿਸਟਰਬ ਹੁੰਦਾ ਤੇ ਉਸ ਤੋਂ ਇਲਾਵਾ ਸਾਰਾ ਗਰਵਾ ਲੱਗ ਜਾਵੇ ਤੇ ਜਿਸ ਤਰ੍ਹਾਂ ਕਿ ਪਿੰਡਾਂ ਦੇ ਵਿੱਚ ਅਸੀਂ ਆਮ ਲੋਕ ਸਾਡੇ ਕਰਦੇ ਨੇ ਕਿ ਜਾਮਨ ਦੇ ਪੱਤੇ ਖਿਲਾ ਦਿੱਤੇ ਛਤੂਤ ਦੇ ਪੱਤੇ ਖਿਲਾ ਦਿੱਤੇ ਇਹ ਤਾਂ ਬੇਸਿਕ ਇੱਕ ਚੀਜ਼ ਹੈ ਉਸ ਤੋਂ ਇਲਾਵਾ ਫਿਰ ਅਸੀਂ ਜਾਨਵਰ ਨੂੰ ادویات ਵਗੈਰਾ ਉਹਦਾ ਇਲਾਜ ਮਾਲਜਾ ਕਰਕੇ ਮੁਕਤਲਫ ادویات ਯੂਜ਼ ਕਰਦੇ ਹਾਂ ਜਿਸ ਵੇ ਤੋਂ ਮਤਲਬ ਮੇਨ ਅਗਰ ਪਿੰਡ ਦੇ ਵਿੱਚ ਦੇਖਿਆ ਜਾਵੇ ਤੇ ਅਸੀਂ ਇਹੀ ਕਰਦੇ ਹਾਂ ਕਿ ਉਹਨਾਂ ਨੂੰ ਕੋਈ ਮਤਲਬ ਕਿ ਕੋ ਪੱਤੇ ਵਗੈਰਾ ਖਿਲਾ ਦਿੱਤੇ ਕੋਈ ਇਸ ਤਰ੍ਹਾਂ ਦੀ ਚੀਜ਼ ਖਿਲਾ ਦਿੱਤੀ ਜਿੰਨਾ ਵਾ ਰੁਕ ਕਿ ਅਸੀਂ ਪ੍ਰੋਪਰ ਉਹਦੀ ਜਿਹੜੀ ਆ ਇਲਾਜ ਮਾਲ ਦਾ ਕਰਵਾਈਏ ਅਸੀਂ ਜਿਹੜੇ ਕੋਐਕਸ ਨੂੰ ਉਹਨਾਂ ਨੂੰ ਫੋਲੋ ਨਾ ਕਰੀਏ ਜਿਹੜਾ ਪ੍ਰੋਪਰ ਕਿਸੇ ਵੀ ਬਿਮਾਰੀ ਦਾ ਇਲਾਜ ਆ ਉਹਦੇ ਮੁਤਾਬਕ ਅਸੀਂ ਉਹਨੂੰ ਪ੍ਰੈਸਕ੍ਰਿਪਸ਼ਨ ਦੇ ਮੁਤਾਬਕ ਉਹਨੂੰ ਲੈ ਕੇ ਚਲੀਏ ਸਰ ਅੱਛਾ ਡਾਕਟਰ ਸਾਹਿਬ ਕੀ ਪਹਿਚਾਣੇਗੇ ਕਿ ਇਹ ਜਾਨਵਰ ਤੰਦਰੁਸਤ ਹੈ ਇਹ ਜਗਾਲੀ ਕਰਨ ਵਾਲੇ ਜਾਨਵਰ ਨੇ ਤੇ ਜਾਨਵਰ ਜਗਾਲੀ ਕਰਦਾ ਹੋਵੇ ਤੇ ਇਹਦਾ ਮਤਲਬ ਹੈ ਉਹਦਾ ਮਿੱਦਾ ਠੀਕੇਗਾ ਸਰ ਇੱਕ ਚੀਜ਼ ਜਿਹੜੇ ਸਾਡੇ ਉਸਤਾਦ ਨੇ ਸਾਨੂੰ ਦੱਸੀ ਹੈ ਨਾ ਕਿ ਤੁਸੀਂ ਸਵੇਰ ਤੇ ਸ਼ਾਮ ਬੇੜ ਨੂੰ ਆਪਣੇ ਬਾੜੇ ਤੋਂ ਜਿਸ ਵੇਲੇ ਕੱਢਦੇ ਹੋ ਨਾ ਉਹਨੂੰ ਸਵੇਰ ਨੂੰ ਵੀ ਚੰਗੀ ਤਰ੍ਹਾਂ ਦੇਖੋ ਤੇ ਸ਼ਾਮ ਨੂੰ ਵੀ ਅਗਰ ਕੋਈ ਜਾਨਵਰ ਤੁਸੀਂ ਸਵੇਰ ਨੂੰ ਕੱਢਦੇ ਹੋ ਤੇ ਉਹ ਜਾਨਵਰ ਸਾਰੇ ਜਾਨਵਰਾਂ ਤੋਂ ਪਿੱਛੇ ਰਹਿ ਜਾਂਦਾ ਹੈ ਤੇ ਸ਼ਾਮ ਨੂੰ ਫੇਰ ਜਿਸ ਵੇਲੇ ਤੁਸੀਂ ਵੇਖਦੇ ਹੋ ਤੇ ਸਭ ਤੋਂ ਪਿੱਛੇ ਆ ਰਿਹਾ ਉਹ ਜਾਨਵਰ ਇਹਦਾ ਮਤਲਬ ਹੈ ਕਿ ਉਹ ਜਾਨਵਰ ਬਿਮਾਰ ਹੈ ਤੇ ਬੇੜ ਇੱਕ ਐਸਾ ਜਾਨਵਰ ਹੈ ਸਰ ਜਿਹੜਾ ਮਰ ਜਾਂਦਾ ਹੈ ਲੇਕਿਨ ਮੂੰਹ ਬੋਲਦਾ ਨਹੀਂ ਹੈ ਉੱਕਾਏ ਕੋਈ ਨਿਸ਼ਾਨੀ ਬਿਲਕੁਲ ਵੀ ਸ਼ੋ ਨਹੀਂ ਕਰਦਾ ਹੈ ਤੇ ਦੂਸਰਾ ਇਹ ਸਰ ਕਿ ਅਗਰ ਕੋਈ ਜਾਨਵਰ ਜੁਗਾਲੀ ਕਰਨਾ ਛੋੜ ਦਿੰਦਾ ਹੈ ਇਹਦਾ ਮਤਲਬ ਹੈ ਕਿਉਂਕਿ ਇਹਨਾਂ ਦਾ ਮੇਦਾ ਇਸ ਤਰ੍ਹਾਂ ਦਾ ਹੈ ਅੱਲਾਹ ਤਾਲਾ ਨੇ ਬਣਾਇਆ ਕਿ ਜੁਗਾਲੀ ਕਰਦੇ ਨੇ ਅਗਰ ਕੋਈ ਜਾਨਵਰ ਜੁਗਾਲੀ ਨਹੀਂ ਕਰ ਰਿਹਾ ਤਾਂ ਮਤਲਬ ਹੈ ਕਿ ਉਹਨੇ ਖੁਰਾਕ ਸਹੀ ਤਰ੍ਹਾਂ ਨਹੀਂ ਲਈ ਔਰ ਉਹਦਾ ਮੇਦਾ ਵੀ ਸਹੀ ਤਰ੍ਹਾਂ ਕੰਮ ਨਹੀਂ ਕਰਦਾ ਪਿਆ ਅਗਰ ਜੁਗਾਲੀ ਕਰਨਾ ਰੁਕ ਜਾਂਦਾ ਹੈ ਤਾਂ ਇਹਦਾ ਮਤਲਬ ਹੈ ਕਿ ਜਾਨਵਰ ਦੇ ਵਿੱਚ ਕੋਈ ਮਸਲਾ ਆ ਗਿਆ ਹੈ ਸਰ ਅੱਛਾ ਡਾਕਟਰ ਸਾਹਿਬ ਇਹ ਦੱਸੋ ਕਿ ਇਹ ਜਿਹੜੇ ਇਹਨਾਂ ਦੇ ਪੈਰ ਨੇ ਜਿਨ੍ਹਾਂ ਨੂੰ ਅਸੀਂ ਖੁਰਵੀ ਕਹਿੰਦੇ ਆ ਹਰ ਕੋਈ ਇਨਫੈਕਟਡ ਹੋ ਜਾਂਦੇ ਨੇ ਹਾਂਜੀ ਸਰ ਇਹ ਬਾਅਦ ਦਫਾ ਜਿਸ ਦਿਨ ਖਾਸ ਤੌਰ ਤੇ بارشਾਂ ਦੇ ਮੌਸਮ ਦੇ ਵਿੱਚ ਨਾ ਅਗਰ ਤੁਹਾਡੇ ਵਾੜੇ ਦੇ ਵਿੱਚ ਕਿਚੜ ਹੈ ਕੋਈ ਇਸ ਤਰ੍ਹਾਂ ਦੀ ਗੰਦਗੀ ਹੈ ਵੇ ਤੁਸੀਂ ਉਹਨੂੰ ਅੱਛੀ ਤਰ੍ਹਾਂ ਸਵਾੜੇ ਤੋਂ ਸਾਫ਼ ਨਹੀਂ ਕੀਤਾ ਤਾਂ ਉਸ ਵਜ੍ਹਾ ਤੋਂ ਇਹਨਾਂ ਦੇ ਪੈਰ ਜਿਹੜੇ ਇਹਨਾਂ ਦੀ ਜਿਹੜੀ ਅੰਦਰੋਂ ਦੀ ਜਗ੍ਹਾ ਹੁੰਦੀ ਨਾ ਇੰਟਰ ਡਿਜੀਟਲ ਸਪੇਸ ਜਿਹਨੂੰ ਅਸੀਂ ਕਹਿੰਨੇ ਆ ਉਹਦੇ ਵਿੱਚ ਇਨਫੈਕਸ਼ਨ ਹੋ ਜਾਂਦਾ ਜਿਹਨੂੰ ਅਸੀਂ ਫੁੱਟਰ ਰਾਟ ਕਹਿੰਨੇ ਆ ਤੇ ਉਸ ਤੋਂ ਫਿਰ ਬਚਣ ਵਾਸਤੇ ਅਸੀਂ ਕੀ ਕਰਦੇ ਆ ਕਿ ਜਾਨਵਰਾਂ ਨੂੰ ਇੱਕ ਖਾਸ ਕਿਸਮ ਦੀ ਨਾਲੀ ਬਣਾਈ ਹੁੰਦੀ ਹੈ ਉਹਦੇ ਵਿੱਚ ਅਸੀਂ ਕਾਪਰ ਸਲਫੇਟ ਦਾ ਸੋਲੂਸ਼ਨ ਜਾਂ ਕੇ ਐਮ ਐਨਓ 4 ਦਾ ਸੋਲੂਸ਼ਨ ਬਣਾ ਕੇ ਅਸੀਂ ਉਹਦੇ ਵਿੱਚ ਹੁੰਦੀ ਐਨੀਮਲਸ ਨੂੰ ਗੁਜ਼ਾਰ ਦਿੰਨੇ ਆ ਜਿਸ ਵੇਲੇ ਤੇ ਇਹਨਾਂ ਦੇ ਪੈਰ ਜਿਹੜੇ ਉਹ ਡਿਸਇਨਫੈਕਟ ਹੋ ਜਾਂਦੇ ਨੇ ਤੇ ਹਰ ਕਿਸਮ ਦੇ ਇਨਫੈਕਸ਼ਨ ਤੋਂ ਬਚ ਜਾਂਦੇ ਨੇ ਸਰ ਕਾਪਰ ਸਲਫੇਟ ਜਿਹੜਾ ਹੈ ਇਹਦਾ ਕਿੰਨੇ ਪਰਸੈਂਟ ਸলিউਸ਼ਨ ਹੋਣਾ ਚਾਹੀਦਾ 20% ਸলিউਸ਼ਨ ਅਸੀਂ ਬਣਾ ਲ ਕੇ ਤੇ ਇਸ ਉਹ ਐਨੀਮਲਸ ਨੂੰ ਵੇਚਣ ਦੀ ਗੁਜ਼ਾਰਦੇ ਹਾਂ ਕਿਉਂਕਿ ਕੋਈ ਡਾਇਰੈਕਟ ਕੰਟੈਕਟ ਨਹੀਂ ਹੁੰਦਾ ਜਾਨਵਰ ਦਾ ਇਹ ਮਤਲਬ ਕਿ ਉਹਦੇ ਮੂੰਹ ਦਾ ਜਾਂ ਨੱਕ ਦਾ ਇਸ ਲਈ ਪੈਰਾਂ ਤੇ ਹੁੰਦਾ ਵਾ ਤੇ ਅਗਰ 1% ਸলিউਸ਼ਨ ਵੀ ਬਣਾ ਲਿਆ ਜਾਵੇ ਤੇ ਸਾਰਾ ਦਾ ਕੋਈ ਇਸ਼ੂ ਨਹੀਂ ਹੈ ਅੱਛਾ ਡਾਕਟਰ ਸਾਹਿਬ ਇੱਕ ਅਹਮ ਸਹੀੰਗੇ ਇਹ ਕਿਹਾ ਜਾਂਦਾ ਜੀ ਭੇਡ ਚਾਲ ਜੀ ਸਰ ਤੇ ਇਹ ਭੇਡ ਚਾਲ ਨਫਜ਼ ਕਿੱਥੋਂ ਨਿਕਲਿਆ ਸਰ ਭੇਡ ਚਾਲ ਇਹ ਭੇੜੇ ਕਿਹਦਾ ਜਾਨਵਰ ਆ ਇਹਦਾ ਸਰ ਇੱਕ ਬਿਹੇਵੀਅਰ ਹੈ ਕਿ ਇੱਕ ਐਨੀਮਲ ਜਿਸ ਪਾਸੇ ਨੂੰ ਟੁਰ ਪੈਂਦਾ ਹੈ ਨਾ ਤੇ ਬਾਕੀ ਐਨੀਮਲ ਵੀ ਉਹਨੂੰ ਫਾਲੋ ਕਰਦੇ ਨੇ ਜਿਸ ਤਰ੍ਹਾਂ ਮੇਰੇ ਕੋਲ ਸਾਰੇ ਇੱਥੇ ਇੱਕ ਮਿਸਾਲ ਹੈ ਕਿ ਮੈਂ ਇੱਕ ਐਨੀਮਲ ਇੱਥੇ ਰੱਖਿਆ ਜਿਸ ਦੀ ਗੱਲ ਚ ਗਾਰੰਟੀ ਬੰਦੀ ਹੋਈ ਹੈ ਉਹ ਸਰ ਉਹ ਜਾਨਵਰ ਨੂੰ ਜਿਸ ਪਾਸੇ ਮੈਂ ਮਤਲਬ ਜਾਂਦਾ ਹੈ ਨਾ ਸਾਰੇ ਜਾਨਵਰ ਉਹਨੂੰ ਫਾਲੋ ਕਰਦੇ ਨੇ ਤੇ ਇੱਥੋਂ ਇਹ ਗੱਲ ਨਿਕਲੀ ਹੋਏ ਕਿ ਇਹ ਭੇਡ ਦੀ ਇੱਕ ਨੇਚਰ ਹੈ ਕਿ ਜਿੱਦਨ ਨੂੰ ਇੱਕ ਜਾਨਵਰ ਟੁਰ ਪੈਂਦਾ ਹੈ ਸਾਰੇ ਉਹਦੇ ਪਿੱਛੇ ਨੂੰ ਅੱਗੇ ਨਹੀਂ ਦੇਖਣਾ ਕਿ ਕਿਹੜ ਕੋਈ ਨਹੀਂ ਦੇਖਦੇ ਲੇਕਿਨ ਉਹ ਜਾਨਵਰ ਨੂੰ ਫੋਲੋ ਕਰਦੇ ਹੋਏ ਚੱਲਦੇ ਨੇ ਇਹਦੀ ਇੱਕ ਸਰ ਇੱਕ ਨੇਚਰਲ ਇਹਦੀ ਇੱਕ ਬਿਹੇਵੀਅਰ ਹੈ ਸਰ ਇਹਦਾ ਅੱਛਾ ਡਾਕਟਰ ਸਾਹਿਬ ਜਿਸ ਤਰ੍ਹਾਂ ਮੌਸਮੀ ਅਸਰਾਂ ਜਿਹੜੇ ਨੇ ਉਹ ਇਨਸਾਨਾਂ ਤੇ ਹੁੰਦੇ ਨੇ ਤੇ ਜਾਨਵਰਾਂ ਤੇ ਵੀ ਹੁੰਦੇ ਨੇ ਖਾਸ ਤੌਰ ਤੇ ਜਿਹੜੀ ਇਹ ਨਸਲ ਥਲੀ ਦੀ ਸਰ ਮੈਂ ਪਿਛਲੇ 6 ਸਾਲ ਤੋਂ ਥਲ ਦੇ ਵਿੱਚ ਕੰਮ ਕਰਦਾ ਪਿਆ ਸਰ ਇੱਥੇ ਦੇ ਦੋਨੋਂ ਮੌਸਮ ਜਿਹੜੇ ਨੇ ਐਕਸਟ੍ਰੀਮ ਨੇ ਇੰਤਹਾਈ ਸਖਤ ਮੌਸਮ ਨੇ ਦੋਨੋਂ ਅਗਰ ਗਰਮੀ ਹੈ ਤੇ ਉਹ 50 ਡਿਗਰੀ ਸੈਂਟੀਗ੍ਰੇਡ ਤੱਕ ਇੱਥੇ ਗਰਮੀ ਹੁੰਦੀ ਹੈ ਅਗਰ ਸਰਦੀ ਹੈ ਤਾਂ ਉਹ ਮੈਂ ਦੇਖਿਆ ਵਾ ਕਿ -1 -2 ਡਿਗਰੀ ਸੈਂਟੀਗ੍ਰੇਡ ਤੱਕ ਵੀ ਡਾਊਨ ਜਾਂਦਾ ਹੈ ਟੈਂਪਰੇਚਰ ਲੇਕਿਨ ਸਰ ਥੱਲੀ ਦੇ ਜਾਨਵਰ ਚੱਲਾ ਤਾਰਾ ਨੇ ਇੱਕ ਐਸੀ ਮਜ਼ਾਹਮਤ ਪੈਦਾ ਕਰ ਦਿੱਤੀ ਹੈ ਕਿ ਇਹ ਜਾਨਵਰ ਦਸੰਬਰ ਜਨਵਰੀ ਦੇ ਮੌਸਮ ਦੇ ਵਿੱਚ ਵੀ ਮੈਂ ਦੇਖਿਆ ਕਿ ਆਪਣੇ ਵਾੜੇ ਤੋਂ ਬਾਹਰ ਬੈਠਾ ਹੁੰਦਾ ਛੱਤ ਤੋਂ ਨੀਚੇ ਬਾਹਰ ਬੈਠਾ ਹੁੰਦਾ ਹੈ ਮਤਲਬ ਸਾਦੇ ਨੀਚੇ ਵੀ ਨਹੀਂ ਹੁੰਦਾ ਬਾਹਰ ਔਰ ਬੜੇ ਮਜ਼ੇ ਦਾ ਬੈਠਾ ਹੁੰਦਾ ਇਹਦਾ ਮਤਲਬ ਹੈ ਕਿ ਇਹ ਜਾਨਵਰ ਐਸਾ ਹੈ ਕਿ ਅਗਰ ਇਹਨੂੰ ਪਾਕਿਸਤਾਨ ਦੇ ਕਿਸੇ ਵੀ ਹਿੱਸੇ 'ਚ ਲਜਾਇਆ ਜਾਵੇ ਤੇ ਉੱਥੇ ਜਾ ਕੇ ਆਸਾਨੀ ਨਾਲ ਇਹ ਮੁਜ਼ਾਹਮਤ ਮੌਸਮ ਦੀ ਮੁਜ਼ਾਹਮਤ ਨੂੰ ਬਰਦਾਸ਼ਤ ਕਰ ਸਕਦਾ ਅੱਲਾਹ ਤਾਲਾ ਨੇ ਇਹਦੇ ਵਿੱਚ ਕੁਦਰਤੀ ਤੌਰ ਤੇ ਮੁਜ਼ਾਹਮਤ ਰੱਖਿਆ ਕਿ ਹਰ ਤਰ੍ਹਾਂ ਦੇ ਮੌਸਮ ਨੂੰ ਹਰ ਤਰ੍ਹਾਂ ਦੇ ਸਟ੍ਰੈਸ ਨੂੰ ਇਹ ਬਰਦਾਸ਼ਤ ਕਰ ਸਕਦਾ ਹੈ ਸਾਰੇ ਜਾਨਵਰ ਅੱਛਾ ਅਸੀਂ ਦੇਖਦੇ ਹਾਂ ਕਿ ਜਾਨਵਰਾਂ ਦੇ ਵਿੱਚ ਨਮਕੀ ਆਦ ਦੀ ਕਮੀ ਵੀ ਹੋ ਜਾਂਦੀ ਹੈ ਤੇ ਅਗਰ ਇਹਨਾਂ ਦੇ ਵਿੱਚ ਕਮੀ ਹੋ ਜਾਏ ਤੇ ਕਿਸ ਨਾ ਉਹਦਾ ਤਦਾਰ ਕੀਤਾ ਹਾਂਜੀ ਸਰ ਇਹ ਹੈ ਕਿ ਜਿਹੜੇ ਖਾਸ ਤੌਰ ਤੇ ਜਾਨਵਰ ਨੇ ਅਸੀਂ ਦੋ ਟਾਈਮ ਇਹਨਾਂ ਨੂੰ ਬਾਹਰ ਫੀਲਡ ਵਿੱਚ ਭੇਜਦੇ ਆ ਉਥੋਂ ਨਮਕਿਆਤ ਪੂਰੇ ਤਾਂ ਨਹੀਂ ਹੋ ਸਕਦੇ ਉਥੋਂ ਤੇ ਚਾਰਾ ਜਿਆਦਾ ਪੂਰੇ ਹੁੰਦੇ ਨੇ ਅਸੀਂ ਉਹਨਾਂ ਨੂੰ ਗਰੇਜ਼ਿੰਗ ਕਰਵਾਨੇ ਨਮਕਿਆਤ ਪੂਰਾ ਕਰਨ ਦਾ ਇਹ ਕਿ ਅਸੀਂ ਇਹਨਾਂ ਦੀ ਤੁਸੀਂ ਜਿਸ ਵੇਲੇ ਦੇਖੋਗੇ ਤਾਂ ਅਸੀਂ ਇਹਨਾਂ ਦੀ ਹਰ ਖੁਰਲੀ ਦੇ ਵਿੱਚ ਸੋਡੀਅਮ ਕਲੋਰਾਇਡ ਦੇ ਨਮਕ ਦੇ ਖੋਰ ਦੇ ਨਮਕ ਜਿਹੜਾ ਹੈ ਅਸੀਂ ਉਹਦੇ ਡਲੇ ਰੱਖ ਦਿੱਤੇ ਨੇ ਠੀਕ ਹੈ ਉਹ ਜਾਨਵਰ ਆਪਣੀ ਮਰਜ਼ੀ ਨਾਲ ਉਹਨੂੰ ਚੱਟਦਾ ਆਪਣੀ ਮਰਜ਼ੀ ਨਾਲ ਉਹਨੂੰ ਲਿਕ ਕਰਦਾ ਜਿੰਨੀ ਜਾਨਵਰ ਦੀ ਜ਼ਰੂਰਤ ਹੁੰਦੀ ਹੈ ਉਹਦੇ ਮੁਤਾਬਕ ਉਹ ਆਪਣੀ ਜ਼ਰੂਰਤ ਪੂਰੀ ਕਰ ਲੈਂਦਾ ਹੈ ਤੇ ਇਸ ਤਰ੍ਹਾਂ ਕੋਸ਼ਿਸ਼ ਕਰੀ ਦੀ ਕਿ ਇਹਦੇ ਵਿੱਚ ਨਮਕੀਅਤ ਦੀ ਕਮੀ ਨੂੰ ਪੂਰਾ ਕੀਤਾ ਜਾਵੇ ਸਰ ਪਾਣੀ ਜਿਹੜਾ ਹੈ ਇਹਨਾਂ ਨੂੰ ਕਿੰਨੀ ਦਫਾ ਆਫਰ ਕਰਦੇ ਸਰ ਦੋ ਚੀਜ਼ਾਂ ਨੇ ਇੱਕ ਜਾਨ ਮਤਲਬ ਸਾਡੇ ਜਾਨਵਰ ਰਾਤ ਨੂੰ ਸਾਡੇ ਬਾੜਿਆਂ ਦੇ ਵਿੱਚ ਨੇ ਤੇ ਦਿਨ ਨੂੰ ਸਾਰਾ ਦਿਨ ਉਹਨਾਂ ਨੇ ਫੀਲਡ 'ਚ ਚਰਨਾ ਹੈ ਸਰ ਬਾੜਿਆਂ ਦੇ ਵਿੱਚ ਇਹ ਹੈ ਕਿ ਸਾਡੇ ਕੋਲ ਪਾਣੀ ਦਾ ਪ੍ਰੋਪਰ ਸਿਸਟਮ ਹੈ ਖੁਰਲੀਆਂ ਮੌਜੂਦ ਨੇ ਜਿਹਦੇ ਵਿੱਚ ਸਾਡੀ ਕੋਸ਼ਿਸ਼ ਹੁੰਦੀ ਹੈ ਕਿ 24 ਘੰਟੇ ਫਰੈਸ਼ ਪਾਣੀ ਜਿਹੜਾ ਨਾ ਉਹ ਮੌਜੂਦ ਰਵੇ ਤੇ ਇਹ ਅਲhamdulillah ਅਸੀਂ ਇਹ ਕਰੀਦਾ ਵੀ ਇਹ ਕਿ 24 ਘੰਟੇ ਐਨੀਮਲ ਨੂੰ ਫਰੈਸ਼ ਵਾਟਰ ਦੀ ਅਵੇਲੇਬਿਲਟੀ ਹੋਵੇ ਜਿਸ ਵੇਲੇ ਅਸੀਂ ਫੀਲਡ ਦੇ ਜਾਨਵਰਾਂ ਨੂੰ ਭੇਜਦੇ ਹਾਂ ਉੱਥੇ ਚੋਕੇ ਫੀਲਡ ਵਿੱਚ ਤੇ ਹੋਰ ਕੋਈ ਸੋਰਸ ਨਹੀਂ ਸਾਡੇ ਟਿਊਬਵਲ ਲੱਗੇ ਹੋਏ ਨੇ ਸਰ ਸਾਡੇ ਇਥੇ ਇਸ ਛੱਕ ਦੇ ਵਿੱਚ ਵੀ ਕਮਜ਼ ਕਮ 7 ਤੋਂ 8 ਟਿਊਬਲ ਨੇ ਕਿਸੇ ਵੀ ਟਿਊਬਲ ਤੋਂ ਜਾ ਕੇ ਅਸੀਂ ਐਨੀਮਲ ਨੂੰ ਜਿਸ ਵੇਲੇ ਅਸੀਂ ਘੰਟਾ 2 ਘੰਟੇ ਅਸੀਂ ਜਾਨਵਰ ਨੂੰ ਆਰਾਮ ਦੇਣਾ ਹੈ ਉਹਦੇ ਵਿੱਚ ਸਾਡੇ ਜਿਹੜੇ ਸ਼ੈਫਰਡ ਨੇ ਜਿਹੜੇ ਛੇੜੂ ਨੇ ਜਿਹੜੇ ਜਾਨਵਰਾਂ ਨੂੰ ਚਰਾਉਂਦੇ ਨੇ ਉਹਨਾਂ ਨੂੰ ਜਾ ਕੇ ਉੱਥੇ ਪਾਣੀ ਪਿਲਾ ਕੇ ਉੱਥੇ ਬਿਠਾ ਦਿੰਦੇ ਨੇ ਤੇ ਇਸ ਲਈ ਕੋਸ਼ਿਸ਼ ਹੁੰਦੀ ਹੈ ਕਿਉਂਕਿ ਸਰ ਮੌਸਮ ਗਰਮੀ ਦਾ ਵੀ ਬਹੁਤ ਜ਼ਿਆਦਾ ਸ਼ਿੱਦਤ ਵਾਲਾ ਹੈ ਤੇ ਇਸ ਲਈ ਕੋਸ਼ਿਸ਼ ਹੁੰਦੀ ਹੈ ਕਿ ਜਾਨਵਰ ਪਾਣੀ ਤੋਂ ਜੜਾ ਨਾ ਉਹ ਨਾ ਰਹੇ। ਨਾਜ਼ਰਨ ਅੱਜ ਤੁਸੀਂ ਥਲੀ ਜਿਹੜੀ ਭੇਡਾਂ ਨੇ ਇਹਦੇ ਬਾਰੇ ਪ੍ਰੋਗਰਾਮ ਲਾਜ਼ਮ ਕੀਤਾ। ਸਾਡੇ ਮਾਹਿਰ ਨੇ ਦੱਸਿਆ ਹੈ ਕਿ ਇਹਨਾਂ ਦੀ ਇੱਕ ਖਾਸ ਨਿਸ਼ਾਨੀ ਹੈ ਚਿਹਰਾ ਸਾਈਡਾਂ ਤੋਂ ਬਲੈਕ ਹੈ ਕੰਨ ਇਹਨਾਂ ਦੇ ਬਲੈਕ ਨੇ ਉਹਨਾਂ ਬੜੀ ਖੂਬਸੂਰਤ ਹੈ ਔਰ ਐਸ ਫਾਰਮ ਦੇ ਉੱਤੇ ਇਹ ਬੜੇ ਸੁਥਰੇ ਜਿਹੜੇ ਨੇ ਉਹ ਜਾਨਵਰ ਪਾਲੇ ਜਾ ਰਹੇ ਨੇ ਤੇ ਅਸੀਂ ਇਹਨਾਂ ਜਾਨਵਰਾਂ ਦੀ ਜਾਂ ਜਿਹੜੇ ਪਾਲ ਰਹੇ ਨੇ ਇਹਨਾਂ ਦੀ ਤਕਲੀਦ ਕਰਨੀ ਤੇ ਅਗਰ ਤੁਸੀਂ ਘਰਾਂ ਚ ਵੀ ਰੱਖ ਲਵੋ ਕੁਰਬਾਨੀ ਵਾਸਤੇ ਜਾਨਵਰ ਪਾਲੇ ਜਾ ਸਕਦੇ ਨੇ ਇੱਕ ਜਾਂ ਦੋ ਜਾਨਵਰ ਰੱਖ ਸਕਦੇ ਹੋ ਤੇ ਜਿਸ ਤਰ੍ਹਾਂ ਮਾਹਿਰਾਂ ਨੇ ਦੱਸਿਆ ਹੈ ਕਿ ਅਗਰ ਘਰਾਂ ਦੇ ਵਿੱਚ ਤੁਸੀਂ ਇਹਨਾਂ ਨੂੰ ਵਾਹ ਲੱਗ ਜਾਏ ਮੋਖ ਲੱਗ ਜਾਏ ਤੇ ਪਰੇਸ਼ਾਨੀ ਨਹੀਂ ਹੋਣਾ ਇੱਕ ਪਿਆਲੀ ਚਾਵਲ ਦੀ ਪਿਚਕੜ ਲਓ ਤੇ ਦੋ ਚਮਚੇ ਦੇ ਕਿਓਲੀਨ ਪਾਊਡਰ ਪਾ ਲਓ ਚਮਚਾ ਚਮਚਾ ਕਰਕੇ ਦੇ ਦਿਓ ਬੋਤਲ ਨਾਲ ਨਾ ਦੇਣਾ ਉਹ ਫਿਰ ਇਹਨੂੰ ਥੂ ਲੱਗ ਜਾਂਦਾ ਛਾਂ ਦੇ ਨਾਲੇ ਜ ਫੇਫੜਿਆਂ ਜਿਸਲੇ ਲੀਕਵਰ ਚਲਾ ਜਾਂਦਾ ਤੇ ਉਹਨੂੰ ਡਰੈਂਚਿੰਗ ਨਮੂਨੀਆ ਹੋ ਜਾਂਦਾ ਸਲਾਮ ਪੇਸ਼ ਕਰਾਂਗਾ ਇਥੋਂ ਦੀ ਇੰਤਜ਼ਾਮੀਆਂ ਨੂੰ ਇਹ 10000 ਏਕੜ ਦੇ ਉੱਤੇ ਮੁਸਤਮਿਲ ਫਾਰਮ ਹੈ ਕੈਨ ਨੂੰ ਥਾਲੇ ਲੇਕਿਨ ਹਰਾ ਪਰ ਹੈ ਤੇ ਮੇਰੀ ਰਿਕੁਐਸਟ ਹੈ ਇਸ ਵੇਲੇ ਸੈਕਟਰੀ ਲਾਈਫਸਟਾਕ ਔਰ ਖਾਸ ਤੌਰ ਤੇ ਵਜ਼ੀਰ ਇਲਾ ਪੰਜਾਬ ਕਿ 1000 ਏਕੜ ਦਾ ਫਾਰਮ ਹੈ ਇੱਥੇ ਜਾਨਵਰਾਂ ਦੀ ਤਦਾਦ ਦੇ ਵਿੱਚ ਇਜ਼ਾਫਾ ਕੀਤਾ ਜਾ ਸਕਦਾ ਹੈ ਚਾਰਾ ਆਪਣਾ ਬਿਲਡਿੰਗ ਆਪਣੀ ਹੈ ਔਰ ਅਮਲਾ ਤੁਹਾਡਾ ਆਪਣਾ ਹੈ ਤੇ ਫਿਰ ਜਾਨਵਰ ਜ਼ਿਆਦਾ ਕਿਉਂ ਨਾ ਹੋਣ ਅਸੀਂ ਉਮੀਦ ਕਰ ਰਹੇ ਹਾਂ ਕਿ ਜਾਨਵਰ ਵਧਾਏ ਜਾਣਗੇ ਇਹਦੇ ਨਾਲ ਹੀ ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿਲਾ ਮੁਕਦਾ ਹੈ ਇਜਾਜ਼ਤ ਦਿਓ अलाह बि